ਖਬਰ ਲੈਣਾ ਤਰਨ ਤਾਰਨ ਤੋਂ। ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਅਧੀਨ ਪੈਂਦੇ ਠੱਠੀ ਵਿਖੇ ਆਮ ਆਦਮੀ ਪਾਰਟੀ ਨੂੰ ਸਵੇਲੇ ਭਾਰੀ ਬਲ ਮਿਲਿਆ ਜਦੋਂ 35 ਤੋਂ ਵੱਧ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਜੀ ਆਇਆ ਕਿਹਾ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਹਰੇਕ ਵਰਕਰ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਜ਼ਰੂਰ ਦਿੱਤਾ ਜਾਵੇਗਾ। ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਬੇਹੱਦ ਪ੍ਰਸੰਨ ਹਨ ਤੇ ਉਹਨਾਂ ਨੇ ਕਿਹਾ ਮੁੱਖ ਮੰਤਰੀ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਇਨ ਬਿਨ ਪੂਰਾ ਕੀਤਾ ਜਾ ਰਿਹਾ ਤੇ ਪੰਜਾਬ ਵਿੱਚ ਬੇਰੋਜ਼ਗਾਰੀ ਭ੍ਰਿਸ਼ਟਾਚਾਰ ਅਤੇ ਨਸ਼ਾ ਤਸਕਰੀ ਨੂੰ ਕਾਫੀ ਹੱਦ ਤੱਕ ਨੱਥ ਪੈ ਚੁੱਕੀ ਹੈ। ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਦਾ ਸਾਥ ਦੇਣ ਤਾਂ ਜੋ ਪੰਜਾਬ ਵਿੱਚ ਮੁੜ ਤੋਂ ਵਿਕਾਸ ਦੇ ਰਾਹ ਵੱਲ ਤੁਰ ਸਕੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਤੇ ਉਹਨਾਂ ਨੇ ਦੱਸਿਆ ਕਿ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਵੱਲੋਂ ਹਲਕੇ ਦਾ ਵਿਕਾਸ ਬਿਨਾਂ ਕਿਸੇ ਪੱਖਪਾਤ ਤੋਂ ਕਰਵਾਇਆ ਜਾ ਰਿਹਾ ਤੇ ਵਿਧਾਇਕ ਸੋਹਲ ਨੇ ਦੱਸਿਆ ਕਿ ਪਿੰਡਾਂ ਵਿੱਚ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਪਿੰਡਾਂ ਵਿੱਚ ਵੀ ਸ਼ਹਿਰਾਂ ਵਰਗੀਆਂ ਸਹੂਲਤਾਵਾਂ ਦਿੱਤੀਆਂ ਜਾਣਗੀਆਂ। ਸਰਦਾਰ ਭਗਵੰਤ ਸਿੰਘ ਮਾਨ, ਡਾਕਟਰ ਕਸ਼ਮੀਰ ਸਿੰਘ ਸੋਹਲ, ਡਾਕਟਰ ਕਸ਼ਮੀਰ ਸਿੰਘ ਸੋਹਲ, ਡਾਕਟਰ ਕਸ਼ਮੀਰ ਸਿੰਘ ਸੋਹਲ। ਕਿੰਨੇ ਪਰਿਵਾਰ ਜਿਹੜੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਜੀ? ਅੱਜ ਜੀ ਪਿੰਡ ਠੱਠੀ ਵਿਖੇ ਬੀਬੀ ਗੁਰਸ਼ਰਨਜੀਤ ਕੌਰ ਦੀ ਦੇ ਗ੍ਰਹਿ ਵਿਖੇ ਪਿੰਡ ਠੱਠੀ ਦੀ ਮੀਟਿੰਗ ਹੋਈ ਆ, ਜਿਹਦੇ ਵਿੱਚ ਪਿੰਡ ਦੇ ਵਲੰਟੀਅਰ ਅਤੇ ਹੋਰ ਮੋਹਤਬਰ ਵਿਅਕਤੀ ਜਿਹੜੇ ਉਹਨਾਂ ਨੇ ਭਾਗ ਲਿਆ ਵਾ। ਸੋ ਜਿੱਥੇ ਪਿੰਡ ਦੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਹੋਇਆ ਵਾ, ਉੱਥੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ, ਜੋ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮ ਆ ਅਤੇ ਹਲਕੇ ਦਾ ਵਿਕਾਸ ਹੋਇਆ, ਉਹਨਾਂ ਬਾਰੇ ਜਿਹੜੀ ਆ ਚਰਚਾ ਕੀਤੀ ਗਈ ਆ। ਸੋ ਭਗਵੰਤ ਮਾਨ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅਤੇ ਜੋ ਹਲਕੇ ਦਾ ਵਿਕਾਸ ਚੱਲ ਰਿਹਾ ਵਾ ਉਹਦੇ ਤੋਂ ਪ੍ਰਭਾਵਿਤ ਹੋ ਕੇ ਅੱਜ ਲਗਭਗ 35 ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਆ। ਸੋ ਜਿਨ੍ਹਾਂ ਨੇ ਵੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ, ਮੈਂ ਸਾਰਿਆਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ। ਮੈਂ ਵਿਸ਼ਵਾਸ ਦਵਾਉਂਦਾ ਕਿ ਉਹਨਾਂ ਨੂੰ ਪਾਰਟੀ 'ਚ ਮਾਣ ਸਨਮਾਨ ਮਿਲੇਗਾ। ਬਾਕੀ ਮੈਂ ਉਹਨਾਂ ਨੂੰ ਅਪੀਲ ਵੀ ਕਰਦਾ ਕਿ ਜਿੱਥੇ ਤੁਸੀਂ ਪਿੰਡ ਠੱਠੀ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨਾ, ਉੱਥੇ ਆਪਾਂ ਰਲ ਮਿਲ ਕੇ ਹਲਕੇ ਵਿੱਚ ਵੀ ਅਤੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਸਹਿਯੋਗ ਦੇਣਾ ਵਾ, ਤਾਂ ਕਿ ਜੋ ਭਗਵੰਤ ਮਾਨ ਸਰਕਾਰ ਦੇ ਸੁਪਨੇ ਨੇ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣਾ ਵਾ, ਉਹਦੇ ਵਿੱਚ ਆਪਾਂ ਵੱਧ ਤੋਂ ਵੱਧ ਯੋਗਦਾਨ ਪਾਉਣਾ ਵਾ। ਬਾਕੀ ਮੈਂ ਇਹਨਾਂ ਨੂੰ ਅਪੀਲ ਕੀਤੀ ਆ ਕਿ ਕਾਲੇ ਨਹੀਂ ਪੈਣਾ, ਕਿਉਂਕਿ ਵਿਰੋਧੀ ਅੱਜ ਜਿਹੜੇ ਆ ਸਾਰੇ ਰਲੇ ਹੋਏ ਨੇ, ਜਿਹੜਾ ਕਿ ਕੋਈ ਉਹਨਾਂ ਕੋਲ ਅੱਜ ਮੁੱਦਾ ਨਹੀਂ ਗਾ ਅਤੇ ਉਹ ਜਿਹੜਾ ਵਾ ਇਵੇਂ ਬਥਵੀਆਂ ਗੱਲਾਂ ਕਰਦੇ ਨੇ। ਸੋ ਉਹਦੇ ਤੋਂ ਆਪਾਂ ਜਿਹੜਾ ਖਿਆਲ ਰੱਖਣਾ ਵਾ ਅਤੇ ਮਾਨ ਸਰਕਾਰ ਦਾ ਸਾਥ ਦੇ ਕੇ ਆਪਾਂ ਪੰਜਾਬ ਦੀ ਖੁਸ਼ਹਾਲੀ ਦੇ ਵਿੱਚ ਆਪਣਾ ਯੋਗਦਾਨ ਪਾਉਣਾ। ਇਹਦੇ ਵਿੱਚ ਵੇਖੋ ਜੀ ਤਿਆਰੀਆਂ ਚੱਲ ਰਹੀਆਂ ਵਾ। ਆਮ ਆਦਮੀ ਪਾਰਟੀ ਸ਼ਾਮਲ ਹੋਏ ਜੀ, ਕੀ ਕਾਰਨ ਰਿਹਾ ਕਿ ਤੁਸੀਂ ਬਾਕੀ ਪਾਰਟੀਆਂ ਛੱਡ ਕੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ?
ਬਸ ਇਹਨਾਂ ਦੀਆਂ ਪੋਲਿਸੀਜ਼ ਜੋ ਵੀ ਹੈਗੇ ਸਾਨੂੰ ਵਧੀਆ ਲੱਗੀਆਂ, ਤਾਂ ਕਰਕੇ ਆਪਾਂ ਸੋਚਿਆ ਕਿ ਇਹਨਾਂ ਦੀ ਹਾਂ ਪਾਰਟੀ ਵਿੱਚ ਪੂਰੀ ਤਰ੍ਹਾਂ ਸ਼ਾਮਿਲ। ਕਿਸ ਤਰ੍ਹਾਂ ਦੀ ਪੋਲਿਸੀਆਂ, ਕਿਹੜੇ ਕਿਹੜੇ ਕੰਮ ਤੁਹਾਨੂੰ ਵਧੀਆ ਲੱਗੇ ਆ ਕਿ ਜਿਹੜੇ ਪਹਿਲਾਂ ਨਹੀਂ ਹੋਏ ਅਤੇ ਹੁਣ ਹੋ ਰਹੇ ਆ? ਕਿ ਜਿਸ ਤਰ੍ਹਾਂ ਵੀ ਕਹਿੰਦੇ ਪਏ ਹਾਂ ਸੁਧਾਰ ਹੋ ਰਹੇ ਨੇ ਕਿ ਆਮ ਆਦਮੀ ਵਾਸਤੇ ਜੋ ਵੀ ਹੈਗਾ ਦਬਦਬਾ ਜਿਹੜਾ ਘਟਿਆ ਹੋਇਆ ਕਿ ਹਾਂ ਹਰ ਇੱਕ ਦੀ ਸੁਣਵਾਈ ਹੋ ਰਹੀ ਹੈ। ਅਤੇ ਵਿਕਾਸ ਵੱਲੋਂ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ, ਪਿੰਡਾਂ ਦਾ ਵਿਕਾਸ ਹੋ ਰਿਹਾ ਵਾ ਜੀ ਕਿਸ ਤਰ੍ਹਾਂ? ਜੀ ਹੋ ਰਿਹਾ। ਮੈਡੀਕਲ ਦੀ ਗੱਲ ਕਰੀਏ, ਮੈਡੀਕਲ ਸਹੂਲਤਾਂ ਦੀ ਅਤੇ ਸਿੱਖਿਆ ਸਹੂਲਤਾਂ ਦੀ ਕਿਸ ਤਰ੍ਹਾਂ ਵਾਧਾ ਹੋਇਆ ਇਹਨਾਂ ਵਿੱਚ ਕੋਈ? ਹਾਂਜੀ, ਆਮ ਆਦਮੀ ਪਾਰਟੀ ਜਿਹੜੇ ਕਲੀਨਿਕ ਆਮ ਆਦਮੀ ਦੇ ਕਲੀਨਿਕ ਜਿਹੜੇ ਚੱਲਦੇ ਪਏ, ਬੜਾ ਵਧੀਆ ਇਹਨਾਂ ਦਾ ਹੈਗਾ ਵਿਚਾਰ, ਹੋਰ ਵੀ ਅੱਗੇ ਆਮ ਪ੍ਰੋਗਰੈਸ ਕਰਨ। ਠੀਕ ਹੈ, ਆਸ ਹੈ ਕਿ ਤੁਹਾਨੂੰ ਹੋਰ ਵੀ ਕੰਮ ਕਰਨਗੇ। ਤੁਸੀਂ ਕਿਸ ਤਰ੍ਹਾਂ ਦੀ ਤੁਸੀਂ ਚੋਣਾਂ ਵਿੱਚ ਕਿਸ ਤਰ੍ਹਾਂ ਭੂਮਿਕਾ ਨਿਭਾਓਗੇ, ਹੁਣ ਸਾਥ ਦੋਗੇ ਆਮ ਆਦਮੀ ਪਾਰਟੀ ਦਾ? ਜਿਸ ਤਰ੍ਹਾਂ ਦੀ ਸੇਵਾ ਲਾਉਣਗੇ ਉਤਨਾ ਆਪਾਂ ਪੂਰਾ ਦੋਗੇ। ਦੇਖੋ ਜੀ, ਆਮ ਆਦਮੀ ਪਾਰਟੀ ਦੇ ਕੰਮ ਕਾਰਜਕਾਲ ਨੂੰ ਦੇਖਦੇ ਹੋਏ ਆਮ ਆਵਾਮ ਜਿੱਥੇ ਖੁਸ਼ ਆ ਉੱਥੇ ਬਹੁਤ ਵੱਡੀ ਗਿਣਤੀ ਦੇ ਨਾਲ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵੱਧ ਤੋਂ ਵੱਧ ਲੋਕ ਜਿਹੜੇ ਉਹ ਸ਼ਾਮਿਲ ਹੋ ਰਹੇ ਆ। ਕਿਉਂ ਕਾਰਨ ਕਿਉਂ ਭਈ ਪਹਿਲਾਂ ਵੀ ਰਵਾਇਤੀ ਪਾਰਟੀਆਂ ਰਹੀਆਂ। ਵੇਖੋ ਜੀ, ਲੋਕ ਪ੍ਰੈਸ਼ਰ ਤੋਂ ਬਗੈਰ ਜਿਹੜਾ ਵਾ ਨਿਊਡਲ ਹੋ ਕੇ ਰਹਿ ਰਹੇ ਆ, ਕਿਸੇ ਤੋਂ ਕੋਈ ਪ੍ਰੈਸ਼ਰ ਨਹੀਂ ਆ, ਕੋਈ ਗੱਲ ਨਹੀਂ ਆ। ਸੋ ਆਮ ਆਦਮੀ ਪਾਰਟੀ ਦੇ ਕੰਮ ਕਾਰਜ ਨੂੰ ਦੇਖ ਕੇ ਵੱਡੇ ਹੀ ਗਿਣਤੀ ਦੇ ਵਿੱਚ ਜਿਹੜੇ ਆ ਅੱਜ ਪਿੰਡ ਠੱਠੀ ਦੇ ਵਿੱਚੋਂ 35 ਪਰਿਵਾਰ ਜਿਹੜੇ ਉਹ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਆ। ਸੋ MLA ਸਾਹਿਬ ਨੇ ਵਿਸ਼ਵਾਸ ਦਵਾਇਆ ਇਹਨਾਂ ਨੂੰ ਵੀ ਇਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਊਗਾ ਅਤੇ ਆਮ ਆਦਮੀ ਪਾਰਟੀ ਦੇ ਕੰਮਾਂ ਕਾਰਾਂ ਤੋਂ ਖੁਸ਼ ਹੋ ਕੇ ਜੀ ਇਹ ਪਰਿਵਾਰ ਜਿਹੜੇ ਆਮ ਆਦਮੀ ਪਾਰਟੀ ਸ਼ਾਮਿਲ। ਪਾਰਟੀ ਦੀ ਪ੍ਰਵਾਨਗਾਰ ਮੇਰੇ ਆ ਹਲਕੇ ਵਿੱਚ ਕਾਫੀ ਮਜ਼ਬੂਤ ਹੋ ਰਹੀ ਹੈ ਪਾਰਟੀ। ਵੇਖੋ ਜੀ, ਕਾਰਜਕਾਲ ਬਹੁਤ ਵਧੀਆ ਜੀ ਆਮ ਆਦਮੀ ਪਾਰਟੀ ਦਾ। MLA ਡਾਕਟਰ ਕਸ਼ਮੀਰ ਸਿੰਘ ਸੋਹਲ ਸਾਹਿਬ ਬੜੇ ਨਿਰਪੱਖ ਜਿਹੇ ਤਰੀਕੇ ਦੇ ਨਾਲ ਕੰਮ ਕਰਦੇ ਆ, ਕਿਸੇ 'ਤੇ ਕੋਈ ਬਟਨ ਨਹੀਂ, ਕੋਈ ਪ੍ਰੈਸ਼ਰ ਨਹੀਂ ਹੈਗਾ। ਸੋ ਇਸ ਕਰਕੇ ਬਹੁਤ ਵੱਡਾ ਹੰਗਾਰਾ ਜਿਹੜਾ ਵਾ ਤਰਨ ਤਾਰਨ ਹਲਕੇ 'ਚ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਅਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੱਡੀ ਗਿਣਤੀ ਦੇ ਨਾਲ ਆਮ ਆਦਮੀ ਪਾਰਟੀ ਦੇ ਪੰਚ ਸਰਪੰਚ MP ਸਾਰੇ ਜਿੱਤਣਗੇ ਬਹੁਤ ਵੱਡੀ ਗਿਣਤੀ ਦੇ ਨਾਲ ਜੀ। A1 ਪੰਜਾਬੀ TV ਤੋਂ ਤਰਨ ਤਾਰਨ ਤੋਂ ਸਾਗਰ ਅਰੋੜਾ ਦੀ ਰਿਪੋਰਟ।